ਸਤਗੁਰੂ ਜੀ ਦੀ ਸਾਜੀ ਅਤੇ ਨਵਾਜੀ ਸਾਧ ਸੰਗਤ ਜੀ ਆਪਣੀ ਮਨਬੇਤੀ ਇਕਾਗਰ ਕਰਨ ਲਈ ਰਸਨਾ ਪਿੱਤਰ ਕਰਨ ਲਈ ਸਾਰੇ ਮਾਈ ਭਾਈ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਰਾਮ ਸਿੰਘ ਜੀ ਫਿਰ ਸਾਰੇ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਨਾਮ ਤਾਰਿ ਸ਼ਹੀਦਾਂ ਬਾਰੇ ਕੁਝ ਆਜਾਂ ਕਰਨੀਆਂ ਹਨ ਜਿਸ ਤਰ੍ਹਾਂ ਕਿਸੇ ਨੇ ਲਿਖਿਆ ਹੈ ਦੁਖੀਆਂ ਲਈ ਇਹ ਸਿਰਾਂ ਨੂੰ ਕਟਾਂਦੇ ਦੁਖੀਆਂ ਲਈ ਖੱਲਾਂ ਪੁੱਠੀਆਂ ਲੋਹਾਂਦੇ ਕੋਮਾ ਦੀ ਕਿਸਮਤ ਪਲਾਂ ਵਿੱਚ ਜਗਾਉਂਦੇ ਤਾਂ ਹੀ ਲੋਕ ਰਲ ਦਿਨ ਸ਼ਹੀਦੀ ਮਨਾਉਂਦੇ ਭਾਵ ਕੇ ਦੀਨ ਜਾਣੀ ਧਰਮ ਲਈ ਗਊ ਗਰੀਬ ਲਈ ਦੁਨੀਆ ਲਈ ਕੋਮਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਹਨ ਜਦ ਉਬਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ ਅਤੇ ਇਸ ਕਰਕੇ ਲੋਕ ਹਰ ਸਾਲ ਸ਼ਹੀਦੀ ਦਿਵਸ ਮਨਾਉਂਦੇ ਹਨ ਸ਼ਹੀਦਾਂ ਨੂੰ ਯਾਦ ਕਰਦੇ ਹਨ ਉਹਨਾਂ ਦੀਆਂ ਕੁਰਬਾਨੀਆਂ ਦੀ ਵਾਰਤਾ ਸੁਣਾਉਂਦੇ ਹਨ ਅਤੇ ਸੁਣਦੇ ਹਨ ਇੱਥੇ ਤੱਕ ਇਹ ਮੰਨਤਾ ਹੈ ਕਿ ਸ਼ਹੀਦਾਂ ਨੂੰ ਭੋਗ ਲਵਾਇਆ ਜਾਵੇ ਉਹਨਾਂ પાસે ਅਰਦਾਸ ਕੀਤੀ ਜਾਵੇ ਤੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਕੰਮ ਪੂਰੇ ਹੋ ਜਾਂਦੇ ਹਨ ਸ਼ਹੀਦ ਦਾ ਮਤਲਬ ਮਹਾਨ ਕੋਸ਼ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੋ ਸ਼ਹਾਦਤ ਦੇਣ ਵਾਲਾ ਹੋਵੇ ਜੋ ਧਰਮ ਯੁੱਧ ਕਰਨ ਵਾਲਾ ਹੋਵੇ ਤੇ ਯੁੱਧ ਵਿੱਚ ਆਪਣਾ ਜੀਵਨ ਦੇ ਦੇਵੇ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਤੋਂ ਬਾਅਦ ਅਨਗਿਣਤ ਸ਼ਹੀਦ ਹੋਏ ਹਨ ਅਤੇ ਇਸ ਤਰ੍ਹਾਂ ਦੇ ਸ਼ਹੀਦ ਹੋਏ ਹਨ ਜਿਸ ਦੀ ਮਿਸਾਲ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ ਪਹਿਲੇ ਸਾਡੇ ਦੇਸ਼ ਤੇ ਮੁਗਲਾਂ ਨੇ ਬਹੁਤ ਅਤਿਆਚਾਰ ਕੀਤਾ ਜਿਸ ਦਾ ਸਾਹਮਣਾ ਤੇ ਉਨਨ ਨੂੰ ਰੋਕਣ ਲਈ ਸਾਡੇ ਕਈ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਰਾਜ ਤੋਂ ਬਾਅਦ ਇਹ ਫਰੰਗੀ ਆ ਗਏ ਇਹਨਾਂ ਨੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦਾ ਸਾਹਮਣਾ ਕਰਨ ਲਈ ਨਾਮਤਾਰੀ ਸਿੱਖ ਆਪਣੀਆਂ ਛਾਤੀਆਂ ਤਾਣ ਕੇ ਸਾਹਮਣੇ ਖੜੇ ਹੋ ਗਏ ਜਿਸ ਤਰ੍ਹਾਂ ਭਾਈ ਧਿਆਨ ਸਿੰਘ ਜੀ ਕਾਦਰਾਬਾਦੀ ਜੀ ਲਿਖਦੇ ਹਨ ਸੀਸ دیے ਅਰ ਸੀਨਾ ਕਰੀ ਜਿਨ ਸਿੱਖਨ ਤਾਂਹੇ ਕੋ ਮੈਂ ਬਲਹਾਰੀ ਗੋਹਿਤ ਗੋਏ ਤਿਨੀ ਸਹਿਕਰ ਜਿਨ ਬੁੱਚਣ ਮਾਰ ਕੇ ਤੈਨੂੰ ਵਾਰੀ ਤੇ ਸਿਖ ਵਾਗੁਰ ਕੇਹ ਰਾਮ ਸੋ ਧਿਆਨ ਮਰਗਿੰਦ ਕਰੋ ਤ ਜੋਹਾਰੀ ਗੋਏ ਗਰੀਬਨ ਪਾਲਨ ਕੇ ਹਿਤ ਰਾਮ ਮਰਗਿੰਦ ਆਇਓ ਤਾਨੂੰ ਤਾਰੀ ਇਹ ਗੋਰੀਆਂ ਨੇ ਸਿਖ ਰਾਜ ਨੂੰ ਆਪਣੀਆਂ ਚਲਾਕੀਆਂ ਤੇ ਕਪੜ ਦੇ ਨਾਲ ਖਤਮ ਕਰ ਦਿੱਤਾ ਫਿਰ ਸਿੱਖਾਂ ਦੀ ਤਾਕਤ ਖਤਮ ਕਰਨ ਲਈ ਸਾਨੂੰ ਪਾੜ ਦਿੱਤਾ ਸਾਡਾ ਇਤਿਹਾਸ ਵਿਗਾੜ ਦਿੱਤਾ ਇਤਿਹਾਸ ਵਿੱਚ ਕਈ ਤਰ੍ਹਾਂ ਦੀਆਂ ਗਲਤ ਗੱਲਾਂ ਪਾ ਦਿੱਤੀਆਂ ਇੱਥੇ ਤੱਕ ਮਹਾਰਾਜਾ ਦਲੀਪ ਸਿੰਘ ਪਾਸੋਂ ਧੋਖੇ ਨਾਲ ਦਸਤਕਤ ਕਰਾ ਲਏ ਤੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਦਿੱਤਾ ਤੇ ਦੇਸ਼ ਨਿਕਾਲਾ ਦੇ ਦਿੱਤਾ ਤੇ ਇਹ ਸਭ ਕੁਝ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਸਾਹਮਣੇ ਹੋਇਆ ਸਿੱਖੀ ਦਾ ਪਤਨ ਕਿਸ ਤਰ੍ਹਾਂ ਹੋਇਆ ਦੇਖਿਆ ਸੋ ਸ੍ਰੀ ਸਤਗੁਰੂ ਜੀ ਦੇ ਦਿਲ ਵਿੱਚ ਇਹ ਵੱਡਾ ਦੁੱਖ ਸੀ ਵਿਸਾਖ ਸੰਮਤ 1914 ਜਾਨੀ ਕਿ 12 April 1857 ਵਾਲੇ ਦਿਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਸਿੱਖ ਪੰਥ ਨੂੰ ਸੁਰਜੀਤ ਕੀਤਾ ਤੇ ਦੇਸ਼ ਤੇ ਧਰਮ ਦੀ ਰੱਖਿਆ ਕਰਨ ਲਈ ਬੀੜਾ ਚੁੱਕਿਆ ਸਾਡੇ ਕਈ ਭਰਾਵਾਂ ਨੇ ਇਹ ਫਰੰਗੀਆਂ ਦਾ ਪੂਰਾ ਪੂਰਾ ਸਾਥ ਦਿੱਤਾ ਤੇ ਆਪਣੇ ਹੀ ਭਰਾਵਾਂ ਦੇ ਪਿੱਠ 'ਤੇ ਛੁਰਾ ਖੋਪ ਦਿੱਤਾ ਲੰਬਾ ਇਤਿਹਾਸ ਹੈ ਸੰਖੇਪ ਵਿੱਚ ਅਰਜ ਕਰਾਂਗਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਗਊਮਾਸ ਦੀ ਇਜਾਜ਼ਤ ਨਹੀਂ ਸੀ ਪਰ ਜਦੋਂ ਪੰਜਾਬ ਦਾ ਰਾਜ ਸਾਮ ਲਿਆ ਤੇ ਗਊਮਾਸ ਆਮ ਵਿਕਣ ਲੱਗਾ ਤੇ ਆਮ ਗਊਆਂ ਮਰਨ ਲੱਗੀਆਂ ਇੱਥੇ ਤੱਕ ਆਪਣੀਆਂ ਕੁਟਲ ਨੀਤੀਆਂ ਵਿੱਚ ਇੰਨਾ ਗਿਰ ਗਏ ਕਿ ਸਾਡੀਆਂ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨ ਲੱਗੇ ਤੇ ਸਾਡੀ ਅਣਖ ਨੂੰ ਝੰਜੋੜ ਦਿੱਤਾ ਭਾਰਤ ਵਾਸੀਆਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾ ਕੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਦਿਵਾਉਣ ਲਈ ਅਤੇ Hindu Sikh ਤੇ Muslimana ਵਿੱਚ ਦਰਾੜ ਪਾਉਣ ਮਨੋਰਥ ਹਿਤ ਅੰਗਰੇਜ਼ ਸਰਕਾਰ ਨੇ ਅੰਮ੍ਰਿਤਸਰ ਮਲੇਰਕੋਟਲਾ ਅਤੇ ਰਾਜਕੋਟ ਵਿਖੇ ਗੁਰੂ ਧਾਮਾਂ ਦੇ ਨੇੜੇ ਪੁੱਚੜਖਾਨੇ ਖੁਲਵਾ ਦਿੱਤੇ ਗਉਪਾਰਤ ਦੇ Hindu ਤੇ Sikh ਸਮਾਜ ਲਈ ਮਾਂ ਦਾ ਦਰਜਾ ਰੱਖਦੀ ਹੈ ਤੇ ਹੁਣ ਵੀ ਰੱਖਦੀ ਹੈ ਇਹ ਵੀ ਸੱਚ ਹੈ ਕਿ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਵੱਡੇ ਬੁਚੜਖਾਨੇ ਅਸ ਵੇਲੇ ਹਿੰਦੂਆਂ ਦੇ ਹਨ ਬਹੁਤ ਹੀ ਸ਼ਰਮ ਦੀ ਗੱਲ ਹੈ ਫਿਰ ਹੋਰ ਸ਼ਰਮ ਦੀ ਗੱਲ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਅੱਜ ਹਿੰਦੂ ਧਰਮ ਦੇ ਠੇਕੇਦਾਰਾਂ ਦੀ ਹੈ ਪੰਡਤ ਨਹਿਰੂ ਵੀ ਹਿੰਦੂ ਸੀ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਕਈ ਵਾਰ ਉਸ ਨੂੰ ਆਖਿਆ ਕਿ ਗਊ ਵਧ ਹਿੰਦੁਸਤਾਨ ਵਿੱਚੋਂ ਰੋਕੋ ਪਹਿਲੇ ਜਦੋਂ ਸੱਤਾ ਨਹੀਂ ਸੀ ਮਿਲੀ ਜਾਨੀ ਕਿ ਕਾਂਗਰਸ ਨੂੰ ਸੱਤਾ ਨਹੀਂ ਸੀ ਮਿਲੀ ਉਦੋਂ ਹਾਂ ਹਾਂ ਕਰਦਾ ਰਿਹਾ ਪਰ ਜਦੋਂ ਸੱਤਾ ਮਿਲ ਗਈ ਤੇ ਅੱਖਾਂ ਬਦਲ ਗਈਆਂ ਤੇ ਗਊਬੱਧ ਦੁੱਗਣਾ ਹੋ ਗਿਆ ਤੇ ਹੁਣ ਤੇ ਕਈ ਗੁਣਾ ਹੋਰ ਵੀ ਵੱਧ ਗਿਆ ਹੋਵੇਗਾ ਤੇ ਹਿੰਦੂ ਧਰਮ ਦੇ ਠੇਕੇਦਾਰ ਸਾਡੇ ਹਿੰਦੁਸਤਾਨ ਦੇ ਵਿੱਚ ਬੁਚਰਖਾਨੇ ਚਲਾ ਰਹੇ ਹਨ ਸੋ ਅੰਗਰੇਜ਼ ਹਾਕਮਾਂ ਨੂੰ ਗਊ ਹੱਤਿਆ ਦੀ ਪਾਬੰਦੀ ਸ੍ਰੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੀ ਤੇ ਉਸ ਦੇ ਮਰਨ ਤੋਂ ਬਾਅਦ ਗਉਹ ਹਤਿਆ ਹਰ ਪਾਸੇ ਆਮ ਹੋ ਗਈ ਤੇ మాਸ ਵੀ ਆਮ ਵਿਖਣ ਲੱਗਾ ਤੇ మాਸ ਦੀਆਂ ਹੱਡੀਆਂ ਤੇ మాਸ ਦੇ ਟੁਕੜੇ ਸਿੱਖਾਂ ਅਤੇ ਹਿੰਦੂਆਂ ਦੇ ਪੂਜਨੀਕ ਧਾਰਮਿਕ ਸਥਾਨਾਂ ਉੱਤੇ ਚੀਲ ਕਾਊਏ ਚੁੱਕ-ਚੁੱਕ ਕੇ ਸੁਟਣ ਲੱਗੇ ਅਪਵਿੱਤਰ ਕਰਨ ਲੱਗੇ ਸ੍ਰੀ ਸਾਧਗੁਰੂ ਰਾਮ ਸਿੰਘ ਦੇ ਸਿੱਖਾਂ ਪਾਸੋਂ ਇਹ ਸਹਿਣ ਨਹੀਂ ਹੋਇਆ ਬੁੱਚਣ ਖਾਨੀਆਂ ਤੇ ਹਮਲਾ ਕਰਕੇ ਨਾਮਤਾਰੀ ਸਿੱਖਾਂ ਨੇ ਬੁੱਚੜ ਮਾਰ ਦਿੱਤੇ ਤੇ ਗਊਆਂ ਨੂੰ ਰਿਹਾ ਕਰ ਦਿੱਤਾ ਤੇ ਅੰਗਰੇਜ਼ ਨਾਲ ਸਿੱਧੀ ਟੱਕਰ ਲਈ ਸਭ ਤੋਂ ਪਹਿਲਾਂ ਸ੍ਰੀ ਅਮਰਸਰ ਵਿਖੇ ਲਾਹੌਰੀ ਦਰਵਾਜ਼ੇ ਦੇ ਬਾਹਰ ਬੁੱਚੜ ਖਾਨਾ ਖੋਲਿਆ ਗਿਆ ਦੂਸਰਾ ਬੁੱਚੜ ਖਾਨਾ ਜਿੱਥੇ ਘੰਟਾ ਘਰ ਸੀ ਉੱਥੇ ਖੋਲਿਆ ਤੇ ਉੱਥੋਂ ਇੱਲਾ ਤੇ ਕਾਂ ਹੱਡੀਆਂ ਤੇ ਮਾਸ ਦੀਆਂ ਬੋਟੀਆਂ ਲੈ ਕੇ ਅਮਰਸਰ ਕੁੰਡ ਵਿੱਚ ਸੁੱਟਦੇ ਇਹ ਪਵਿੱਤਰ ਸਥਾਨ ਦੀ ਪਵਿੱਤਰਤਾ ਨੂੰ ਨਸ਼ਟ ਕਰ ਦੇ। ਇਹ ਸਿੱਖਾਂ ਵਾਸਤੇ ਬਰਦਾਸ਼ਤ ਤੋਂ ਬਾਹਰ ਸੀ। ਭਾਈ ਗੁਰਦਾਸ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ ਕਿ ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਵਿਧਾਰਾ। ਇੱਥੇ ਇਹ ਪਤਾ ਲੱਗਦਾ ਹੈ ਕਿ ਗਊ ਤੇ ਗਰੀਬ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ। ਯਹੀ ਆਸ ਪੂਰਨ ਕਰੋ ਤੁਮ ਹਮਾਰੀ ਮਿਟੇ ਕਸ਼ਟ ਗਊਆਂ ਛੁਟੇ ਖੇਦ ਪਾਰੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਗਰਦੰਤੀ ਦੇ ਵਿੱਚ ਫਰਮਾਉਂਦੇ ਹਨ ਕਿ हे ਸ਼ਕਤੀ ਮਾਤਾ ਮੇਰੀ ਇਹ ਆਸ ਪੂਰਨ ਕਰੋ ਕਿ ਜਗਤ ਵਿੱਚੋਂ ਗਊ ਦਾ ਕਸ਼ਟ ਮਿਟ ਜਾਏ ਜਿਸ ਨਾਲ ਭਾਰੀ ਦੁੱਖ ਦੀ ਨਿਨਵਿਰਤੀ ਹੋ ਸਕੇ ਸੋ ਇਹ ਬੁਚੜਖਾਨਾ ਬੰਦ ਕਰਨ ਵਾਸਤੇ ਤੇ ਗਊਵੱਧ ਰੋਕਣ ਲਈ ਕਈ ਕੋਸ਼ਿਸ਼ਾਂ ਹੋਈਆਂ ਕਈ ਮੀਟਿੰਗਾਂ ਹੋਈਆਂ ਪਰ ਇਹ ਦੁੱਖ ਸਿੱਖਾਂ ਤੇ ਹਿੰਦੂਆਂ ਤੋਂ ਦੂਰ ਨਾ ਹੋਇਆ ਇਹ ਬੁਚੜਖਾਨੇ ਖੋਲਣ ਦਾ ਕਾਨੂੰਨ 4 ਮਈ 1849 4 ਮਈ 1849 ਈਸਵੀ ਦੇ ਇਕਲਾਨ ਅਨਸਾਰ ਹੋਇਆ ਸੀ ਤੇ ਨਾਮ ਤਾਰੀ ਸਿੱਖ ਇਹ ਪਵਿੱਤਰ ਅਸਥਾਨ ਜੋ ਸਾਡੇ ਸਾਰੇ ਸਿੱਖਾਂ ਦੀ ਆਸਥਾ ਦਾ ਪ੍ਰਤੀਕ ਸੀ ਉਸ ਦੀ ਨਿਰਾਦਤਾ ਤੇ ਪਵਿੱਤਰਤਾ ਨਸ਼ਟ ਹੁੰਦੀ ਨਾ ਦੇਖ ਸਕੇ ਤੇ ਬੁੱਜਣਾ ਨੂੰ ਮਾਰਨ ਵਾਸਤੇ ਕਮਰਕਾਸਾ ਕਰ ਲਿਆ ਤੇ 14 ਤੇ 15 ਜੂਨ 1871 14 ਐਂਡ 15 ਜੂਨ 1871 ਦੀ ਰਾਤ ਨੂੰ ਬੁਚਣਾ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਦਾ ਵਧ ਕਰ ਦਿੱਤਾ ਤੇ ਉਥੋਂ ਆਪ ਲਾਪਤਾ ਹੋ ਗਏ ਅੰਗਰੇਜ਼ਾਂ ਨੇ નિર્ਦੋਸ਼ਾਂ ਨੂੰ ਫੜ ਲਿਆ ਤੇ ਉਹਨਾਂ ਤੇ ਇੰਨੇ ਜ਼ੁਲਮ ਕੀਤੇ ਇੰਨੇ ਤਸੀਹੇ ਦਿੱਤੇ ਕਿ ਜ਼ਬਰਦਸਤੀ ਉਹਨਾਂ ਪਾਸੋਂ ਕਬੂਲ ਕਰਾ ਲਿਆ ਕਿ ਬੁਚੜ ਉਹਨਾਂ ਨੇ ਹੀ ਮਾਰੇ ਹਨ ਪਰ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਹੁਕਮ ਅਨਸਾਰ ਨਾਮਤਾਰੀ ਸਿੱਖਾਂ ਨੇ ਜਾ ਕੇ ਆਪਣਾ ਗੁਨਾਹ ਕਬੂਲ ਕੀਤਾ ਤੇ નિર્ਦੋਸ਼ਾਂ ਨੂੰ ਆਜ਼ਾਦ ਕਰਵਾਇਆ 15 ਸਪਟੈਂਬਰ 1871 ਨੂੰ ਲੈਣਾ ਸਿੰਘ ਫਤੇਹ ਸਿੰਘ ਹਾਕਮ ਸਿੰਘ ਪਟਵਾਰੀ ਬੀਲਾ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਇਸ ਸਮੇਂ ਸ੍ਰੀ ਅਮਰitsar ਰਾਮ ਬਾਗ ਨਾਮਤਾਰੀ ਸ਼ਹੀਦਾਂ ਦਾ ਸਥਾਨ ਹੈ ਫਿਰ ਰਾਏਕੋਟ ਜੋ ਸਾਡਾ ਧਾਰਮਿਕ ਗੁਰਦੁਆਰਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਦੇ ਕਰੀਬ ਵੀ ਬੁੱਚੜਖਾਨਾ ਖੋਲ ਦਿੱਤਾ ਗਿਆ ਸ੍ਰੀ ਅਮਰ ਸਰਵਾਂਗ ਇੱਥੇ ਵੀ ਪੰਦੇ ਹੱਡੀਆਂ ਤੇ ਮਾਸ ਦੀਆਂ ਬੋਟੀਆਂ ਲਿਆ ਕੇ ਸੁੱਟਦੇ ਤੇ ਪਵਿੱਤਰ ਸਥਾਨ ਦੀ ਨਿਰਾਦਰੀ ਤੇ ਗੁਰੂ ਅਸਥਾਨ ਦੀ ਪਵਿੱਤਰਤਾ ਭੰਗ ਹੁੰਦੀ ਤੇ ਇਹ ਦੇਖ ਕੇ ਫਿਰ ਨਾਨਕ ਤਾਰੀ ਸਿੱਖਾਂ ਪਾਸੋਂ ਬਰਦਾਸ਼ਤ ਨਹੀਂ ਹੋਇਆ ਤੇ ਬੁਚੜਾ ਨੂੰ ਮਾਰ ਮੁਕਾਇਆ ਤੇ ਆਪ 5 ਅਗਸਤ 1871 5th ਅਗਸਤ 1871 ਸੰਤ ਮੰਗਲ ਸਿੰਘ ਜੀ ਸੰਤ ਗੁਰਮukh ਸਿੰਘ ਜੀ ਤੇ ਸੰਤ ਮस्तान ਸਿੰਘ ਜੀ ਫਾਂਸੀਆਂ ਤੇ ਚੜ ਗਏ ਤੇ ਦੋ નિર્ਦੋਸ਼ ਨਾਮਤਾਰੀ ਸਿੱਖ ਸੁਬਾ ਗਿਆਨੀ ਸਿੰਘ ਜੀ ਤੇ ਰਤਨ ਸਿੰਘ ਜੀ ਨੂੰ 16 ਨਵੰਬਰ 16 1871 16th ਨਵੰਬਰ 1871 ਲੁਧਿਆਣੇ ਜੇਲ੍ਹ ਵਿੱਚ ਫਾਂਸੀ ਦੇ ਦਿੱਤਾ ਗਿਆ ਫਿਰ ਮਲੇਰ ਕੋਟਲੇ ਦਾ ਸਾਕਾ ਇੱਥੇ ਬਹੁਤ ਗਊ ਹੱਤਿਆ ਹੋ ਰਹੀ ਸੀ ਤੇ ਨੰਬਰਦਾਰ ਸਤ ਗੁਰਮukh ਸਿੰਘ ਜੀ ਦੇ ਸਾਹਮਣੇ ਕੋਟਲੇ ਦੀ ਕੋਤਵਾਲੀ ਵਿੱਚ ਇੱਕ ਬਲਦ ਦਾ ਕਤਲ ਕਰ ਦਿੱਤਾ ਗਿਆ ਤੇ ਗੁਰਮukh ਸਿੰਘ ਜੀ ਦਾ ਨਰਾਦਰ ਕੀਤਾ ਗਿਆ ਨਾਮਤਾਰੀ ਸਿੱਖਾਂ ਨੇ ਮਲੇਰਕੋਟਲੇ ਦੇ ਬੁਚਣਾ ਤੇ ਹਮਲਾ ਕਰ ਦਿੱਤਾ ਤੇ ਬਹੁਤ ਸਾਰੇ ਬੁਚਣ ਮਾਰ ਦਿੱਤੇ ਤੇ ਰਾਮ ਗਊਆਂ ਨੂੰ ਰਿਹਾ ਕਰ ਦਿੱਤਾ ਤੇ 17 ਜਨਵਰੀ 1872 ਵਾਲੇ ਦਿਨ 49 ਸਿੱਖ ਤੋਪਾਂ ਦੇ ਨਾਲ ਸ਼ਹੀਦ ਹੋਏ ਤੇ ਇੱਕ 12 ਸਾਲ ਦਾ ਬੱਚਾ ਬਿਸ਼ਨ ਸਿੰਘ ਤਲਵਾਰ ਦੇ ਨਾਲ ਸ਼ਹੀਦ ਕੀਤਾ ਗਿਆ। ਤੇ 18 ਜਨਵਰੀ 1872 ਵਾਲੇ ਦਿਨ 16 ਸਿੱਖਾਂ ਨੂੰ ਤੋਪਾਂ ਦੇ ਨਾਲ ਸ਼ਹੀਦ ਕੀਤਾ ਗਿਆ। 17 ਜਨਵਰੀ 1872 ਵਾਲੇ ਦਿਨ ਸ੍ਰੀ ਸਾਧਗੁਰੂ ਰਾਮ ਸਿੰਘ ਜੀ ਨੂੰ ਪਰਦੇਸ ਗਵਨ ਕਰ ਦਿੱਤਾ ਗਿਆ। ਇਸ ਵਾਕਿਆ ਨੇ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਸ਼ਹੀਦਾਂ ਦੀ ਵਾਰਤਾ ਕਰਦੇ ਹੋਏ ਮੇਰੇ ਸਾਹਮਣੇ ਇੱਕ ਗੱਲ ਆ ਗਈ। ਕੁਝ ਦਿਨਾਂ ਤੋਂ ਇੱਕ ਮਲੇਰਕੋਟਲੇ ਦੇ ਸ਼ਹੀਦਾਂ ਦੀ ਵੀਡੀਓ ਕਲਿੱਪ ਵਾਇਰਲ ਹੋਈ ਹੈ। ਕਈਆਂ ਨੇ ਸ਼ਿਲਾੰਗਾ ਅਬਿਊਸ ਦੀ ਕੀਤੀ ਹੈ। ਪਰ ਉਸ ਕਲਿੱਪ ਦੇ ਵਿੱਚ ਉਹ ਸ਼ਹੀਦਾਂ ਦਾ ਰੰਗ ਕੁਝ ਅਜੀਬ ਹੀ ਦਿਖਾਇਆ ਹੈ। ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਪਾਸੋਂ, ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਪਾਸੋਂ, ਮੇਰੇ ਪਿਤਾ ਜੀ ਸੰਦੇਵਾਲ ਸਿੰਘ ਜੀ ਪਾਸੋਂ ਤੇ ਹੋਰ ਪੁਰਾਣੇ ਬੁਲਾਰਿਆਂ ਪਾਸੋਂ ਇਸ ਸ਼ਹੀਦੀ ਸਾਕੇ ਬਾਰੇ ਸਰਵਣ ਕੀਤਾ ਹੈ ਤੇ ਪੜ੍ਹਿਆ ਵੀ ਹੈ। ਉਹ ਸੰਤ ਸਨ ਨਾਮ ਸਿਮਰਨ ਕਰਨ ਵਾਲੇ ਸਨ ਉਹਨਾਂ ਨੇ ਆਪ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਇਆ ਸੀ ਸ਼ਬਦ ਪੜਦੇ ਸਨ ਮਾਲਾ ਫੇਰਦੇ ਸਨ ਉਹਨਾਂ ਦੇ ਕੱਪੜੇ ਸਾਫ਼ ਧੋਤੇ ਤੇ ਪ੍ਰੈਸ ਨਹੀਂ ਸੀ ਕੀਤੇ ਹੋਏ ਮਿੱਟੀ ਦੇ ਨਾਲ ਗੰਦੇ ਸਨ ਤੇ ਲੜਾਈ ਕਰਦੇ ਹੋਏ ਕਈਆਂ ਦੇ ਵਸਤਰ ਦਾਗਦਾਰ ਸਨ ਦਾਗ ਲੱਗੇ ਹੋਏ ਸਨ ਜਦੋਂ ਮਲੇਰ ਕੋਟਲੇ ਦੇ ਰਕੜ ਦੇ ਵਿੱਚ ਪਹੁੰਚੇ ਤੇ ਉੱਥੇ ਬੈਠ ਕੇ ਸ਼ਬਦ ਪੜਦੇ ਸਨ ਨਾਮ ਜਪਦੇ ਸਨ ਸੰਤਰੀਆਂ ਦੇ ਨਾਲ ਝਗੜਦੇ ਨਹੀਂ ਸਨ ਸ਼ਾਂਤ ਸਨ ਤੇ ਜਿਸ ਵੇਲੇ ਉਹ ਤੂਪ ਦੇ ਮੋਹਰੇ ਗਏ ਕੋਈ ਸ਼ੋਰ ਜਾਂ ਹੱਲਾ ਗੁੱਲਾ ਨਹੀਂ ਕੀਤਾ ਨੇੜੇ ਇੱਕ ਛੱਪੜ ਸੀ ਜਿਸ ਵਿੱਚ ਮੀਂਹ ਦਾ ਪਾਣੀ ਸੀ ਉਹ ਵੀ ਸਾਫ਼ ਨਹੀਂ ਸੀ ਇਸ ਛੱਪੜ ਵਿੱਚੋਂ ਸਿੱਖਾਂ ਨੇ ਬਸਤਰਾਂ ਸਮੇਤ ਇਸ਼ਨਾਨ ਕੀਤੇ ਤੇ ਗਿੱਲੇ ਕੱਪੜਿਆਂ ਸਮੇਤ ਤੂਪਾਂ ਦੇ ਅੱਗੇ ਖੜੇ ਹੋਏ ਗੁੱਸੇ ਵਿੱਚ ਨਹੀਂ ਸਨ ਮੁਸਕੁਰਾਉਂਦੇ ਤੇ ਚਿਹਰਿਆਂ ਤੇ ਲਾਲੀ ਸੀ ਸਤਗੁਰੂ ਦੇ ਦਰਬਾਰ ਦੇ ਵਿੱਚ ਜਾਣ ਦੀ ਜਲਦੀ ਸੀ ਤੇ ਜੋ ਤੋਪਚੀ ਸਨ ਉਹ ਗੋਰੇ ਨਹੀਂ ਸਨ ਉਹ ਸਿੱਖ ਸਿੱਖ ਰਿਆਸਤਾ ਤੋਂ ਹੁਕਮ ਦੇਣ ਵਾਲੇ ਗੋਰੇ ਸਨ ਹੁਣ ਇਹ ਸਭ ਕੁਝ ਜਾਣ ਕੇ ਕੋਈ ਕਹਿ ਸਕਦਾ ਹੈ ਕਿ ਜਿਨ੍ਹਾਂ ਨੇ ਵੀ ਇਹ ਸ਼ਹੀਦਾਂ ਦੀ ਕਲਿੱਪ ਬਣਾਈ ਹੈ ਉਹ ਠੀਕ ਬਣਾਈ ਹੈ ਜਾਂ ਇੱਕ ਮਜ਼ਾਕ ਬਣਾਈ ਹੈ ਦੁਨੀਆਂ ਦੇ ਵਿੱਚ ਆਮ ਤੌਰ ਤੇ ਆਮ ਪਾਸ਼ਾ ਵਿੱਚ ਕਿਸੇ ਨੂੰ ਡਰਾਮੇਵਾਜ਼ ਕਹਿ ਦਈਏ ਨਾ ਉਹ ਸਾਡੇ ਗੱਲ ਪੈ ਜਾਂਦਾ ਹੈ ਕਿਉਂਕਿ ਡਰਾਮੇਵਾਜ਼ ਇੱਕ ਐਕਟਰ ਨੂੰ ਕਿਹਾ ਜਾਂਦਾ ਹੈ ਜੋ ਆਪਣਾ ਝੂਠਾ ਰੂਪ ਦਿਖਾ ਕੇ ਲੋਕਾਂ ਨੂੰ ਉੱਲੂ ਬਣਾਉਂਦਾ ਹੈ ਇਸ ਤਰ੍ਹਾਂ ਸਟੇਜਾਂ ਤੇ ਫਿਲਮਾਂ ਵਿੱਚ ਐਕਟਰਾਂ ਦੀ ਸਿਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਖੇਦੀ ਕੀਤੀ ਗਈ ਹੈ ਦਸਮ ਪਿਤਾ ਨੇ ਵੀ ਪਰਪੰਚ ਕਰਨ ਵਾਲਿਆਂ ਤੇ ਡਰਾਮਾ ਕਰਨ ਵਾਲਿਆਂ ਤੋਂ ਦੂਰ ਰਹਿਣ ਵਾਸਤੇ ਆਖਿਆ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਪ ਹੀ ਡਰਾਮੇ ਆਵਾਜ਼ ਬਣਾ ਰਹੇ ਹਾਂ ਡਰਾਮਾ ਕਰਨ ਦੀ ਪ੍ਰਤੀਯੋਗਤਾ ਰੱਖ ਰਹੇ ਹਾਂ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਮੁਸਲਮਾਨਾ ਅੰਦਰ ਅੱਜ ਤੱਕ ਆਪਣੇ ਪੈਗੰਬਰਾਂ ਤੇ ਨਾ ਹੀ ਕੋਈ ਡਰਾਮਾ ਹੋਇਆ ਹੈ ਤੇ ਨਾ ਹੀ ਕੋਈ ਫਿਲਮ ਬਣੀ ਹੈ ਤੇ ਉਹਨਾਂ ਦਾ ਪ੍ਰਚਾਰ ਸਾਡੇ ਨਾਲੋਂ ਕਿਤੇ ਤੇਜ਼ ਹੋ ਰਿਹਾ ਹੈ ਸਾਨੂੰ ਇਸ ਚੀਜ਼ ਦੀ ਕਿਉਂ ਲੋੜ ਪਈ ਹੈ ਸਾਨੂੰ ਇਹ ਸੋਭਾ ਨਹੀਂ ਦਿੰਦਾ ਨੰਦਪੁਰ ਸਾਹਿਬ ਪ੍ਰਦਰਸ਼ਨੀ ਅੰਦਰ ਨਾਂ ਤਾਰੀ ਸ਼ਹੀਦਾਂ ਨੂੰ ਤੋਪਾਂ ਨਾਲ ਬੰਨ ਕੇ ਦਿਖਾਇਆ ਗਿਆ ਹੈ ਜੋ ਕਿ ਬਿਲਕੁਲ ਹੀ ਗਲਤ ਹੈ ਸਾਨੂੰ ਇਸ ਗੱਲ ਦਾ ਕੋਈ ਧਿਆਨ ਹੀ ਨਹੀਂ ਕਿ ਸਾਡੇ ਸ਼ਹੀਦਾਂ ਦੀ ਕੋਈ ਮਜ਼ਾਕ ਉਡਾ ਰਿਹਾ ਹੈ ਅਸੀਂ ਇੱਥੇ ਹੀ ਬਸ ਨਹੀਂ ਕੀਤੀ ਅਸੀਂ ਆਪਣੇ ਮਨੋਰੰਜਨ ਵਾਸਤੇ ਐਂਟਰਟੇਨਮੈਂਟ ਵਾਸਤੇ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੀ ਐਨੀਮੇਸ਼ਨ ਬਣਾ ਦਿੱਤੀ ਸ਼ਰਮ ਆਉਂਦੀ ਹੈ ਕਿਸੇ ਨੂੰ ਪਤਾ ਹੈ ਕਿ ਮੇਰਾ ਪਰਦੇਸੀ ਪ੍ਰੀਤਮ ਕਿਸ ਤਰ੍ਹਾਂ ਬਚਨ ਕਰਦਾ ਸੀ ਕਿਸ ਤਰ੍ਹਾਂ ਉਹ ਤੁਰਦਾ ਸੀ ਕਿਸ ਤਰ੍ਹਾਂ ਦੀ ਉਸਦੀ ਆਵਾਜ਼ ਸੀ ਕਿਸ ਤਰ੍ਹਾਂ ਦੀ ਉਸਦੀ ਸ਼ਾਨ ਸੀ ਅਸੀਂ ਸਿਰਫ ਮਸਬਰ ਜੀ ਦੀਆਂ ਤਸਵੀਰਾਂ ਹੀ ਬਣੀਆਂ ਦੇਖੀਆਂ ਹਨ ਅਸੀਂ ਕਿਸ ਪਾਸੇ ਨੂੰ ਤੁਰ ਪਏ ਹਾਂ ਹੋ ਸਕਦਾ ਹੈ ਕਿ ਕੋਈ ਮੇਰੀ ਗੱਲ ਦੇ ਨਾਲ ਸਹਿਮਤ ਨਾ ਹੋਣ ਪਰ ਦਿਲ ਦੁਖੀ ਹੁੰਦਾ ਹੈ ਕਿ ਅਸੀਂ ਹਿੰਦੂਆਂ ਵਾਂਗ ਆਪਣੇ ਦੇਵੀ-ਦੇਵਤਿਆਂ ਸਾਧਾਂ ਦੀਆਂ ਨਕਲਾਂ ਕਰ ਕਰਕੇ ਡਰਾਮੇ ਤੇ ਫਿਲਮਾਂ ਬਣਾ ਰਹੇ ਹਾਂ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਤੇ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦਾ ਸਖਤ ਹੁਕਮ ਸੀ ਕਿ ਕੋਈ ਵੀ ਨਾਮਤਾਰੀ ਡਰਾਮੇ ਤੇ ਫਿਲਮਾਂ ਨਾ ਦੇਖੇ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਇੱਕ ਵਾਰ ਇੱਕ ਸਿੱਖ ਆਪਣਾ ਮੂੰਹ ਕਾਲਾ ਕਰਕੇ ਆ ਗਿਆ ਸੀ ਬੈਂਕੋਕ ਵਿਖੇ ਇਸ ਕਾਰਨ ਕਿ ਉਸਨੇ ਸਿਨੇਮਾ ਦੇਖ ਲਿਆ ਸੀ ਔਰ ਉਸਦੀ ਖਿਮਾ ਮੰਗਣ ਵਾਸਤੇ ਸਾਧ ਸੰਗਤ ਦੇ ਵਿੱਚ ਉਹ ਆਇਆ ਸੀ ਸੱਚੇ ਪਾਤਸ਼ਾਹ ਦੇ ਹੁਕਮ ਸੁਣੋ ਉਹ ਕੀ ਸਾਨੂੰ ਆਖਦੇ ਹਨ ਸੋ ਸਾਨੂੰ ਇਹਨਾਂ ਚੀਜ਼ਾਂ ਬਾਰੇ ਥੋੜਾ ਜਿਹਾ ਵਿਚਾਰ ਕਰਨਾ ਚਾਹੀਦਾ ਹੈ ਤੇ ਅਸੀਂ ਹੁਣ ਕੀ ਕਰ ਰਹੇ ਹਾਂ ਰੋਹ ਵਿਚਾਰ ਸੋ ਨਾਮ ਧਾਰੀ ਸਿੱਖਾਂ ਨੂੰ ਕਈਆਂ ਨੂੰ ਕਾਲੇ ਪਾਣੀ ਪੇਚ ਦਿੱਤਾ ਗਿਆ ਕਈਆਂ ਨੂੰ ਪਾਣੀ ਵਿੱਚ ਡੋਬ ਕੇ ਮਾਰ ਦਿੱਤਾ ਗਿਆ ਕਈਆਂ ਨੂੰ ਜੇਲ੍ਹਾਂ ਦੇ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਨਾਮ ਤਾਰੀ ਸਿੱਖਾਂ ਨੇ ਉਸ ਵੇਲੇ ਦੀ ਸਰਕਾਰ ਨਾਲ ਸਿੱਧੀ ਟੱਕਰ ਲਈ ਤੇ ਕੁਰਬਾਨ ਹੋ ਗਏ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਸ਼ਹੀਦਾਂ ਦਾ ਇਤਿਹਾਸ ਦਸੀਏ ਕਿ ਕਿਸ ਤਰ੍ਹਾਂ ਧਰਮ ਵਾਸਤੇ ਦੇਸ਼ ਵਾਸਤੇ ਉਹ ਸ਼ਹੀਦ ਹੋਏ ਹਨ ਉਹਨਾਂ ਦੇ ਡਰਾਮੇ ਕਰਨੇ ਨਾ ਦਸੀਏ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹ ਕਰਵਾਈਏ ਉਹ ਸ਼ਹੀਦਾਂ ਤੋਂ ਬਾਅਦ ਹਿੰਦੁਸਤਾਨ ਵਿੱਚ ਕਿੰਨੇ ਸ਼ਹੀਦ ਹੋਏ ਅੰਤ ਨਹੀਂ ਉਹ ਦੇਸ਼ ਤੇ ਧਰਮ ਵਾਸਤੇ ਕਿਸ ਤਰ੍ਹਾਂ ਕੁਰਬਾਨ ਹੋਈਦਾ ਹੈ ਉਸ ਦੀ ਲੀਪਾ ਗਏ ਅੱਜ ਮੈਂ ਉਹ ਮਹਾਨ ਨਾਮਤਾਰੀ ਸ਼ਹੀਦਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਦਾ ਹਾਂ ਔਰ ਆਪ ਜੀ ਦੇ ਸਾਹਮਣੇ ਬੇਨਤੀਆਂ ਕਰਦਿਆਂ ਹੋਇਆਂ ਬਹੁਤ ਸਾਰੀਆਂ ਗਲਤੀਆਂ ਵੀ ਕੀਤੀਆਂ ਹੋਣਗੀਆਂ ਆਪ ਸਾਰੀ ਸਾਥ ਸੰਗਤ ਬਖਸ਼ਣਯੋਗ ਹੋ ਸਤਿ ਸ੍ਰੀ ਅਕਾਲ